बड़ी बच्चे चार बंदे चढ़ जाओ जाम तो किदा कह दे आ गया मजा तोड़ दो आ जा भी कोई नहीं मेरे चढ़ तू बच्चे चढ़ भी रे चार जिले चार बैठो चार जिले लै वीरे देखो कोई लफी है कि तो देखो पूरी हैवी है चाहे पांच सात बंदे बिच खड़ जान जे जंप की आपा खोली उरे छड़ जाने ठीक है जी किन्ने की एदी चादर लगी वीरे 18 19 के चादर है 3 क्वार्टर पर हो गया लगा हो गया ना वीरे हुन इस तो भारी दा बकरा कोई चढ़दा नहीं होना इन ऊपर दा ਗਰੰਟੀ ਕਿੰਨੇ ਟਾਈਮ ਦੀ ਦਿੰਨੇ ਹੋ ਗਰੰਟੀ ਦਾ ਵੀਰੇ ਗਰੰਟੀ ਹੋਈ ਆ ਜਾ ਟੁੱਟ ਗਈ ਸਾਨੂੰ ਫੋਨ ਕਰੋ ਅਸੀਂ ਘਰੇ ਆ ਕੇ ਵੈਲਡਿੰਗ ਕਰਕੇ ਜਾਵਾਂਗੇ ਜੇ ਕਿਹੜੀਆਂ ਮਰਜ਼ੀ ਲੈ ਲਵੇ ਚਾਹੇ ਸੇਫ ਗੁੜੀਆਂ ਲੈ ਲਵੇ ਚਾਹੇ 8 ਗੁੜੀਆਂ ਲੈ ਲਵੇ ਚਾਹੇ 10 ਗੁੜੀਆਂ ਲੈ ਲਵੇ ਚਾਹੇ ਬੱਚਿਆਂ ਵਾਲੀਆਂ ਲੈ ਲਵੇ ਇੱਕ ਖੋਲੀ ਫਰੀ ਦੇਵਾਂਗੇ ਅੱਛਾ ਕਿਹੜੀ ਮਰਜ਼ੀ ਲੈ ਕਿਹੜੀ ਮਰਜ਼ੀ ਲੈ ਲਵੇ हाँ जी भाई सारे वीरों नूं पिया भरी सति श्री अकाल उम्मीद है सारे ठीक ठाक होवोंगे खड़ेंगे लौंगोवाल बकरियां दी मंडी दे विच अपने कोल इक भाई ना खुरलियां लेके आया होया बाबा जी देख के ਬਾਈ ਆਪਣੇ ਕੋਲ ਖੁਰਲੀਆਂ ਲੈ ਕੇ ਆਇਆ ਹੋਇਆ ਬੱਕਰੀਆਂ ਵਾਸਤੇ ਖੁਰਲੀਆਂ ਠੀਕ ਹੈ ਜੀ ਆਪਾਂ ਗੱਲਬਾਤ ਕਰਦੇ ਹਾਂ ਵੀ ਕੀ ਗੱਲਬਾਤ ਹੈ ਖੁਰਲੀਆਂ ਦੇ ਵਿੱਚ ਤੇ ਕਿੰਨੇ ਕਿੰਨੇ ਰੁਪਈਆਂ ਦੇ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਬਾਈ ਜੀ ਕੀ ਹਾਲ ਚਾਲ ਨੇ ਜੀ ਵੀਰ ਜੀ ਤੁਸੀਂ ਦੱਸੋ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਕੀ ਆਪਣਾ ਜੀ ਕੰਮਾ ਨਾਮ ਹੈ ਵੀਰੇ ਠੀਕ ਹੈ ਜੀ ਵਰਕ ਸਾਹਿਬ ਦਾ ਨਾਮ ਕੀ ਹੈ ਕੰਮਾ ਵੈਲਡਿੰਗ ਵਰਕ ਸਾਹਿਬ ਮਾਨਕ ਮਾਜਰਾ ਵੀਰੇ ਮਾਨਕ ਮਾਜਰਾ ਕਿੱਥੇ ਜੇ ਪੈ ਜਾਂਦਾ ਵੀਰੇ ਇਹ ਮਰੇਕੋਲ ਤੋਂ ਵੀਰੇ 4 ਕਿਲੋਮੀਟਰ ਉਰਲੇ ਪਾਸੇ ਹੈਗਾ ਇਧਰੋਂ ਧੂਰੀ ਤੋਂ 15 ਕਿਲੋਮੀਟਰ ਅੱਗੇ ਆ ਠੀਕ ਹੈ ਜੀ ਕਿੰਨਾ ਕੁ ਟਾਈਮ ਹੋ ਗਿਆ ਆਪਣਾ ਕੰਮ ਕਰਦੇ ਮੈਨੂੰ ਵੀਰੇ 17 ਸਾਲ ਹੋ ਗਏ ਖੁਰਲੀਆਂ ਬਣਾਉਂਦੇ ਨੂੰ 17 ਸਾਲ ਹਾਂ ਵੀਰੇ 17 ਸਾਲ ਬੱਕਰੀਆਂ ਦੇ ਕਰਦੇ ਕੋ ਹੋਰ ਵੀ ਖੁਰਲੀਆਂ ਤਿਆਰ ਬੱਕਰੀਆਂ ਦੀ ਸਪੈਸ਼ਲ ਤੇ ਖੁਰਲੀਆਂ ਤਿਆਰ ਕਰਦੇ ਆ ਜੇ ਕੋਈ ਮੈਸਾਂ ਦੀ ਕਹਿ ਵੀ ਦਿੰਦਾ ਤਾਂ ਆਪਾਂ ਕਰ ਦਿੰਦੇ ਆ ਅੱਛਾ ਜੀ ਹਾਂ ਜੀ ਆਰਡਰ ਤੇ ਜੀ ਮੈਂ ਵੀ ਠੀਕ ਸਾਈਜ਼ ਵੀਰੇ 4 ਫੁੱਟੀ 6 ਫੁੱਟੀ 8 ਫੁੱਟੀ 10 ਫੁੱਟੀ 12 ਫੁੱਟੀ 14 ਫੁੱਟੀ 16 ਫੁੱਟੀ ਤੱਕ ਕਿਉਂਕਿ ਉਹ ਦੂਦ ਲੰਬੀ ਜ਼ਿਆਦਾ ਫਿਰ ਕਾਹ ਚਾ ਨਹੀਂ ਰਹੀ ਸਹੀ ਗੱਲ ਇਸ ਕਰਕੇ ਜਿਹੜੀ ਮਰਜ਼ੀ ਤਿਆਰ ਕਰ ਜਿਹੇ ਜੀ ਮਰਜ਼ੀ ਤਿਆਰ ਕਰਕੇ ਵੈਸੇ ਵੀਰੇ ਪਹਿਲਾਂ ਤੋਂ ਸਟਾਰਟਿੰਗ ਦਾ ਫਰਮਾ ਆਪਣੇ ਕੋਲੇ ਆਹੀ ਆ ਇਹੀ ਡਿਜ਼ਾਈਨ ਬਣਾਉਂਦੇ ਹੋਣੇ ਆਪਾਂ ਠੀਕ ਹੈ ਜੀ ਦਿਖਾ ਦੇ ਸਰ ਨੇ ਇੱਕ ਵਾਰ ਕਿਸੇ ਦੀ ਕਾਪੀ ਨਹੀਂ ਕਰੀ ਆਪਾਂ ਆਪ ਫਰਮਾ ਤਿਆਰ ਕਰਿਆ ਠੀਕ ਹੈ ਜੀ ਆਪਣੇ ਕਾਫੀ ਲੰਮਾ ਸਮਾਂ ਹੋ ਗਿਆ ਵੀਰੇ ਆਪਣਾ ਲਾਣੇਦਾਰ ਨੇ ਬਸ ਕਿਹਾ ਦੀ ਕਹਿੰਦਾ ਐ ਕਰਕੇ ਐ ਬਣਾ ਕੇ ਦੇ ਖੁੱਲ ਲਈ ਮਾਂ ਜੀ ਬਣਾ ਦਿੰਦੇ ਆ ਕੋਈ ਗੱਲ ਨਹੀਂ ਕਰਦਾ ਤਾਂ ਮੈਂ ਵੀਰੇ ਪਹਿਲਾਂ ਗੇਟ ਗ੍ਰਿਲਾਂ ਦਾ ਕੰਮ ਸੀਗਾ ਠੀਕ ਹੈ ਠੀਕ ਹੈ ਉਹ ਕਰਦਾ ਕਰਦਾ ਮੈਂ ਖੋਲਣੀਆਂ ਉਹਨੇ ਲਾਣੇਦਾਰ ਨੇ ਇੱਕ ਬਣਵਾ ਲਈ ਸਾਡੇ ਰਿਸ਼ਤੇਦਾਰਾਂ ਨੇ ਨਹੀਂ ਖੜਾ ਛੱਡਿਆ ਉਹ ਚੱਕ ਕੇ ਲੈ ਜਾਗਾ ਸਾਡੇ ਘਰੇ ਜਾ ਮੈਂ ਬਣਾ ਕੇ ਰੱਖਿਆ ਕਰਾਂ ਜਿਹੜੀ ਲੈ ਜਿਉਂ ਜਿਉਂ ਵੀਰੇ ਫਿਰ ਇਕੱਠਾ ਇਕੱਠਾ ਆਰਡਰ ਆਉਣ ਲੱਗਿਆ ਦਾਦਾ 20 20 ਖੋਲਣੀਆਂ ਦਾ ਕੋਈ 50 ਲੈ ਜਾ ਕਰੇ ਇਕੱਠੀਆਂ ਕਿੱਥੇ ਕਿੱਥੇ ਤੱਕ ਵੇਚੀਆਂ ਨੇ ਵੀਰੇ ਤਕਰੀਬਨ ਇੰਡੀਆ 'ਚ ਪੂਰੀ ਪਹੁੰਚ ਗਈਆਂ ਹੋਣਗੀਆਂ ਆਪਣੀਆਂ ਖੋਲਣੀਆਂ ਮਹਾਰਾਸ਼ਟਰ ਤੱਕ ਜਿੰਨੇ ਵੀ ਇਧਰੋਂ ਮਤਲਬ ਬੱਕਰਾ ਪਾਲਣ ਲੈ ਕੇ ਜਾਂਦੇ ਨੇ ਇਧਰੋਂ ਰਾਜਸਥਾਨੀ ਹੋਏ ਜਾਂ ਜਿਹੜੇ ਅੱਗੇ ਭੇਜਦੇ ਨੇ ਸਾਰੇ ਖੋਲਣੀਆਂ ਆਪਣੇ ਕੋਲ ਲੈ ਕੇ ਜਾਂਦੇ ਨੇ ਸਹੀ ਗੱਲ ਹਾਂਜੀ ਬਾਕੀ ਮਰੇਕੋਟ ਲੈ ਜਾਂਦੇ ਜਿੰਨੇ ਵੀ ਸਬੰਧ ਨੇ ਜਿੱਥੇ ਤੱਕ ਬਾਹਰ ਤੱਕ ਉਹਨਾਂ ਦੇ ਆਪਣੇ ਮਤਲਬ ਰੇਂਜ 'ਚ ਆਪਾਂ ਆ ਜਾਂਦੇ ਹਾਂ ਜਦੋਂ ਆਪਾਂ ਨੂੰ ਜਾਣਦੇ ਨੇ ਆਪਣੇ ਕੋਲ ਆ ਜਾਂਦੇ ਨੇ ਫਿਰ ਉਹ ਆਪਾਂ ਨੂੰ ਫੋਨ ਕਰ ਦਿੰਦੇ ਵੀ ਇੰਨੀਆਂ ਖੋਲਣੀਆਂ ਤਿਆਰ ਕਰਦੇ 20 ਬੰਦਿਆਂ ਨੇ ਬਾਹਰ ਲੈ ਕੇ ਜਾਣੀਆਂ ਨੇ ਗੱਡੀ ਰਾਹੀਂ ਫਿਰ ਆਪਾਂ ਉਹਨਾਂ ਨੂੰ ਤਿਆਰ ਕਰ ਦਿੰਦੇ ਆਰਡਰ ਸਹੀ ਗੱਲ ਹੈ ਹਾਂਜੀ ਹੁਣ ਕੱਲਾ ਖੁਰਲੀਆਂ ਦਾ ਕਰਦੇ ਹੋ ਜਾਂ ਨਾਲ ਹੋਰ ਫਿਰ ਹਾਲ ਵੀਰੇ ਮੈਂ ਕੱਲਾ ਖੁਰਲੀਆਂ ਦਾ ਹੀ ਕਰਦਾ ਕੱਲਾ ਖੁਰਲੀਆਂ ਦਾ ਕੱਲਾ ਖੁਰਲੀਆਂ ਦਾ ਕਰਦਾ ਮੈਂ ਗੇਟ ਗ੍ਰਿਲਾਂ ਦਾ ਕੰਮ ਹੀ ਛੱਡਦਾ ਜਮਾ ਕੱਲਾ ਖੁਰਲੀਆਂ ਦਾ ਕਰਦਾ ਠੀਕ ਹੈ ਇਹ ਅੱਜ ਪਹਿਲੀ ਵਾਰ ਮੈਂ ਮੰਡੀ ਤੇ ਲੈ ਕੇ ਆਇਆ ਖੁਰਲੀਆਂ ਮੇਰੀਆਂ ਘਰੀ ਵੀਰੇ ਨਾ ਵੀਰੇ ਮੇਰੀਆਂ ਦਾ ਘਰੀ ਬੁੱਕ ਹੋ ਜਾਂਦੇ ਨੇ ਖੁਰਲੀਆਂ ਆਪਾਂ ਕਦੇ ਮੰਡੀ 'ਚ ਚੱਕੀ ਨਹੀਂ ਦੀ ਖੁਰਲੀ ਠੀਕ ਹੈ ਜੀ ਜੇ ਆਪਾਂ ਕੀਮਤ ਦੀ ਗੱਲ ਕਰੀਏ ਕਿੰਨੇ ਕਿੰਨੇ ਕੀਮਤ ਦੀ ਖੁਰਲੀਆਂ ਕੀਮਤ ਵੀਰੇ ਇਹ ਦੇਖੋ ਪੂਰੀ ਹੈਵੀ ਆ ਚਾਹੇ 5-7 ਬੰਦੇ ਵਿੱਚ ਖੜ ਜਾਣ ਜੇ ਜੰਮਕ ਗਈ ਆਪਾਂ ਖੋਲੀ ਉਰੇ ਛੱਡ ਜਾਵਾਂਗੇ ਠੀਕ ਹੈ ਜੀ ਕਿੰਨੇ ਕੀ ਇਹਦੀ ਚਾਦਰ ਲੱਗੀ ਇਹ ਵੀਰੇ 18 19 ਗੇ ਚੱਦਰ ਆ ਗਈ ਠੀਕ ਹੈ ਜੀ ਕਿੰਨੇ ਫੁੱਟ ਹੈ ਇਹ 8 ਫੁੱਟ ਦੀ ਆ ਵੀਰੇ 3500 ਰੁਪਏ ਹੀ ਦਿੰਨੇ ਆ ਠੀਕ 8 ਗੁੱਟੀ 3500 ਰੁਪਏ 3500 ਰੁਪਏ ਦਿੰਨੇ ਆ weight ਕਿੰਨਾ ਕੁ ਹੋਊਗਾ ਜੀ ਇਹਦਾ weight ਹੋਊਗੀ ਵੀਰੇ 25 28 ਕਿਲੋ ਦੇ ਕਰੀਬ ਠੀਕ ਹੈ ਜੀ ਹਾਂਜੀ 3500 ਰੁਪਏ ਦੀ 3500 ਰੁਪਏ ਦੀ ਲਓ ਜੀ ਦੇਖ ਸਕਦੇ ਹੋ ਬਾਈ ਜੀ ਇਹ ਹੈਗੀ ਜੀ 3500 ਰੁਪਏ ਦੀ ਆਪਾਂ ਉਹ ਪਰਲੇ ਪਾਸੇ ਹਾਂਜੀ ਉਹਨਾਂ ਹੋਰ ਬਾਈ ਕਹਿੰਦਾ ਮੈਨੂੰ 17 ਸਾਲ ਹੋ ਗਏ ਇਹ ਬੱਚਿਆਂ ਵਾਲੀ ਆ ਵੀਰੇ ਅੱਛਾ ਇਹ ਛੋਟੇ ਬੱਚੇ 5 ਮਹੀਨਿਆਂ ਦੇ 4 ਮਹੀਨਿਆਂ ਦੇ ਜਦੋਂ ਮਨ ਦਾਣਾ ਖਾਣ ਲੱਗ ਜਾਂਦੇ ਨੇ ਦਾਣੇ ਪੱਕੇ ਖਾਣ ਲੱਗ ਜਾਂਦੇ ਨੇ ਤਾਂ ਬੱਚੇ ਇਹਦੇ ਨਾਲ ਲੱਗ ਜਾਂਦੇ ਨੇ ਕਿੰਨੇ ਫੁੱਟ ਦੀ ਹੈ ਇਹ 4 ਫੁੱਟ ਦੀ ਆ ਵੀਰੇ 4 ਫੁੱਟ ਦੀ ਲਓ ਬਈ ਇਹ 4 ਫੁੱਟ ਦੀ ਹੈ ਕਿੰਨੇ ਰੁਪਏ ਦੀ 1800 ਰੁਪਏ ਹੀ ਦਿੰਨੇ ਆ ਵੀਰੇ 1800 ਰੁਪਏ ਦੀ ਬਈ ਦੇਖ ਸਕਦੇ ਹੋਗੇ ਇਹ ਪੂਰੀ ਹੈਵੀ ਹੈ ਜੀ ਨਹੀਂ ਹੈਗਾ ਵੀ ਲਫਾਫਾ ਜਾਈ ਜੀ ਕੋਈ ਇਹ ਵੀ ਫੁੱਲ ਹੈਵੀ ਹੈ ਵੀ ਉਹ 18 ਗੇ ਚੱਦਰ ਲੱਗੀ ਆ ਜੀ ਠੀਕ ਹੈ ਜੀ ਹਾਂਜੀ ਚਾਹੇ ਦੋ ਬੰਦੇ ਹੋਰ ਚੜ ਜਾਓ ਵੀਰੇ ਇਹੋ ਜੀ ਕੋਈ ਗੱਲ ਨਹੀਂ ਚਾਰ ਚੜ ਜਾਓ ਜੇ ਜੰਮ ਕੋਈ ਤਾਂ ਆਪਾਂ ਜ਼ਿੰਮੇਵਾਰ ਆ ਬਾਈ ਦੇਖ ਸਕਦੇ ਹੋਗੇ ਚਾਰ ਬੰਦੇ ਹੋਰ ਚੜ ਜਾਓ ਹੋਰ ਚੜ ਜਾਓ ਇੱਕ ਬੰਦਾ ਚਾਹੇ ਬਾਈ ਬੜੀ ਵਿੱਚ ਚਾਰ ਬੰਦੇ ਚੜ ਜਾਓ ਜੇ ਜੰਮ ਕੋਈ ਤਾਂ ਕਹਿ ਦਿਓ ਆ ਕਹਦਾ ਮੈਂ ਤਾਂ ਤੋੜ ਦੂੰ ਆ ਜਾ ਵੀਰੇ ਨਾ ਬਾਈ ਮੈਂ ਭਾਰੀ ਆ ਯਾਰ ਕੋਈ ਨਹੀਂ ਵੀਰੇ ਚੜ ਤੂੰ ਵਿੱਚ ਚੜ ਵੀਰੇ ਚੜ ਜਾ ਚਾਰ ਵੀਰੇ ਚੜ ਵਿੱਚ ਚਾਰ ਵੀਰੇ ਲੈ ਵੀਰੇ ਦੇਖੋ ਬਾਈ ਟੁੱਟੀ ਤਾਂ ਨਹੀਂ ਕੋਈ ਲਫੀ ਆ ਕਿਤੋਂ ਇੱਧਰ ਆ ਜਾ ਇੱਧਰ ਹੋਰ ਚੜੀਏ ਵੀਰੇ ਕੋਈ ਬੰਦਾ ਦੇਖ ਲਓ ਬਾਈ ਦੇਖ ਸਕਦੇ ਹੋਗੇ ਜੰਮਕ ਦੀ ਤਾਂ ਦੱਸ ਦੋ ਕਿਸ ਪਾਸਿਓਂ ਬਲਾ ਤਾਂ ਹੋਊਗਾ 2 ਕੁਇੰਟਲ ਭਾਰ ਹੈ ਵੀਰੇ 95 96 ਕਿਲੋ ਦਾ ਮੇਰੇ ਚੱਕ ਲੈ ਜਾ 70 ਕਿਲੋ ਮੇਰੇ ਚ ਲਓ ਜੀ 3 ਕੁਇੰਟਲ ਭਾਰ ਹੋ ਗਿਆ ਲੱਗ ਹੋ ਗਿਆ ਨਾ ਵੀਰੇ ਹੁਣ ਇਸ ਤੋਂ ਭਾਰੀ ਦਾ ਬੱਕਰਾ ਕੋਈ ਚੜਦਾ ਨਹੀਂ ਹੋਣਾ ਇਹਨੂੰ ਉੱਪਰ ਦਾ ਲਓ ਬਾਈ ਜੀ ਦੇਖ ਸਕਦੇ ਹੋ ਫੁੱਲ ਹੈਵੀ ਆ ਹਾਂਜੀ ਫੁੱਲ ਹੈਵੀ ਆ ਵੀਰ ਜੀ
देखो गारंटी किन्ने टाइम दी दिंदे हो? गारंटी दा वीरे गारंटी हुई है जा टुट गई सानू फोन करो असीं घरे आके वेल्डिंग करके जावांगे जे कदों ओह भी जे कोई अणगहली करदा वैसे तां जे आपां सांभ रखांगे आपां किवें टुटूगी हुण मोटरसाइकिल नवां लैके आउणे आपां उहदी सांभ रखदे आं लीरा लूरा फेरदे आं जां उहनूं आपां खांचा सिट्टांगे वीरे उह तां टुटूगा ही जां कोई विच मारू आपणा किहड़ी किहड़ी गल्लां दा ध्यान रखणा चाहीदा जिहड़ा बाई इहदा वीरे गल्लां दा ध्यान रख इक तां विच तुसीं नूण ना रखो इक जिवें हुण मैनूं टोका पिया विच पाणी पै गिया ते मींह पै गिया चार दिन आपां गौर ही नहीं करी फिर भी खराब होने का खतरा होगा सही गल है ठीक है आलसी ना बनो कम करो समार के बस बस जे चार दिन बाद हफ्ते कह लो मान लो जो पानी खड़ा एक हफ्ता खड़ भी गया उन्हें साफ करके सुखा के रख दो फिर भी उन्हें कुछ नहीं होंगे हूँ जो आप महीना देखिए ना कोठे ते पई या बाड़े जी पई आ फिर तो गलूगी भीरे ठीक है ना जी हूँ वो खुरली वो भीरे छे फुटी है चार बंदे चढ़ जाओ कोई चक्कर नहीं सही गल चढ़ जाओ चाहे छे चढ़ जाओ गारंटी है पूरी गारंटी है जी पूरी लो जी फुल गारंटी वाली खुरलियां ने ठीक है जी देख सकते हो चाहे सत्त बंदे बिच खड़ा लो तकरीबन 10 वीरे आराम नाल लगनियां खुलियां डुलियां ठीक है हां जी वो किन्ने फुटी है चार फोलियां बाई ने कठिया ले लिया ने ठीक है जी ते बाकी ओ बाईया ने अलग लिया ने ठीक है वीरे ओ किन्ने रुपए दी चार फुट्टी ओ वीरे 1800 रुपए दी है ठीक है जी बाकी कोई कहंदा 100 तो मान कर दांगे कोई चक्कर नहीं बकरियां रोड लैनियां बकरियां कितें हुण बंदे ने कि रोड के लै जाणियां उह तां कोई ऊं बकरी नाल लागी तां रुड़ जांदी आ खुल्ली नहीं कानू रोड दियां ने वीरे हां छोटी मोटी खोली भी गिफ्ट करांगे कोई 10 खोलनी आपां तो कट्ठियां लैंदा छोटी बच्चों की फ्री देवे जी लो जी 8 खुरलियां नाल इक 10 खुरलियां नाल 10 खुरलियां नाल इक सोटी फ्री इधर निगाह मार दे ठीक है जी ऑफर आएगा अज अपने चैनल दे उपर पहली बार भाई आएगा ते पहली बार ही ऑफर अपन नूं आ गई ठीक है जी 10 नाल इक सोटी खुरली फ्री केड़ियां मर्जी लै लवे चाहे 6 फुटियां लै लवे चाहे 8 फुटियां लै लवे चाहे 10 फुटियां लै लवे चाहे बच्चियां वालियां लै लवे इक खुरली फ्री देवांगे अच्छा केड़ी मर्जी लै लवे ठीक है जी ठीक है ते अपना नंबर किन्ना अपना नंबर वीरे अपना 88729 45919 दोबारा फिर बोल दो 88729 45919 धूरी रोड तो अपने जिहड़ा गंदे नाले वाला पुल आ अपने माणक मारे पिंड नूं सड़क जांदे सीधी माणक मारे जी बढ़दी आ और सीधी पिंड च बढ़न सार ही अपने दरवाजे दे कोले बर्क साहब आ ठीक है जी किथे किथे तक भेज दो खुरलियां तकरीबन जिथे तक अगला ऑर्डर करूगा जी देखो जे घरे बैठा भी ऑर्डर करता तां आपां उहदा किराया ला के विच खुरली भेजांगे हाँ जी किराया अलग अगले का होगा कितने मर्जी चाहे एक मंगावे चाहे दो मंगावे 10 मंगाऊगा उन्हों का भी किराया लगू खोली फ्री नाल दवांगी दवांगे हाँ जी ठीक है जी ओके वीरे थैंक यू वीरे लो भाई जी ये बकरियां दी खुरलियां तो स्पैशल ऑफर भी है कि 10 नाल 1 फ्री जल्दी फोन करो तो खुरलियां लेके जाओ धन्यवाद।